ਬੀਤੀ 3 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੇ ਕਸਬਾ ਕੋਟੀ ਸਿੱਖਾਂ ਵਿਖੇ ਮਾਨ ਜਿਮ ਦੇ ਮਾਲਕ ਉੱਪਰ ਕੁਝ ਅਣਪਛਾਤਿਆਂ ਵੱਲੋਂ ਸ਼ਾਮ ਨੂੰ 7 ਵਜੇ ਦੇ ਕਰੀਬ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਜਿਮ ਦੇ ਮਾਲਕ ਕੁਲਵਿੰਦਰ ਸਿੰਘ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਸਨ ਅਤੇ ਹਮਲਾਵਰ ਉਸ ਘਟਨਾ ਸਥਾਨ ਤੋਂ ਭੱਜਣ ਵਿੱਚ ਸਫਲ ਹੋ ਗਏ ਸਨ ਅੱਜ ਜ਼ਖਮੀ ਹੋਏ ਸਦਰ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਲਗਭਗ 40 ਕੋ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਗਿਆ ਇਸ ਮੌਕੇ ਜ਼ਖਮੀ ਹੋਏ ਕੁਲਵਿੰਦਰ ਸਿੰਘ ਦੇ ਪਿਤਾ ਹਰਪ੍ਰਤਾਪ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਅਜੇ ਵੀ ਇਸ ਗੱਲ ਦਾ ਡਰ ਹੈ ਕਿ ਜੋ ਵਿਅਕਤੀ ਸਾਡੇ ਘਰ ਆ ਕੇ ਸਾਡੇ ਬੇਟੇ ਤੇ ਜਾਨਲੇਵਾ ਹਮਲਾ ਕਰ ਸਕਦੇ ਹਨ ਉਹ ਕਿਸੇ ਵੀ ਟਾਈਮ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੀ ਕੁਲਵਿੰਦਰ ਸਿੰਘ ਮਾਨ ਕੁਲਵਿੰਦਰ ਸਿੰਘ ਜੀ ਜੋ ਦਿਨ ਘਟਨਾ ਹੋਈ ਤੁਹਾਡੇ ਨਾਲ ਤੁਸੀਂ ਕੀ ਸਾਨੂੰ ਜਾਣਕਾਰੀ ਦੇਣ ਜਾਓਗੇ ਘਟਨਾ ਇੱਦਾਂ ਹੋਈ ਰਾਤ 3 ਤਰੀਕ ਦੀ ਗੱਲ ਸੀ ਵੀ ਰਾਤ 8:30 ਦਾ ਟਾਈਮ ਸੀਗਾ ਬਾਰਿਸ਼ ਹੋ ਰਹੀ ਸੀ ਮੇਰਾ ਇੱਕ ਯਾਰ ਮਿੱਤਰ ਸੀ ਜਿਹੜੀ ਮੇਰੀ ਗੱਡੀ ਮੰਗ ਕੇ ਲੈ ਕੇ ਗਿਆ ਸੀ ਕੋਈ ਉਹ ਰਾਤ ਨੂੰ ਮੈਨੂੰ ਗੱਡੀ ਦੇਣ ਆਇਆ ਵਾਪਸ ਅਤੇ ਉਹ ਗੱਡੀ ਜਦੋਂ ਬਾਹਰ ਆਈ ਤਾਂ ਮੈਂ ਗੱਡੀ ਨੂੰ ਲੈਣ ਗਿਆ ਬਾਹਰ ਬੱਸ ਬਾਰਿਸ਼ ਕਾਫੀ ਹੋ ਰਹੀ ਸੀ ਮੈਂ ਬਾਹਰ ਨਿਕਲਿਆ ਜਦੋਂ ਉਹਦੇ ਤੋਂ ਗੱਡੀ ਫੜ ਕੇ ਮੈਂ ਗੱਡੀ ਲੌਕ ਕੀਤੀ ਆ ਉਹਨੇ ਚਿਰ ਨੂੰ 2 ਗੱਡੀਆਂ ਆਈਆਂ ਜਿਨ੍ਹਾਂ ਦੇ ਮੂੰਹ ਬੰਨੇ ਸੀ ਅਤੇ ਮੈਂ ਇਸ ਭੁਲੇਖੇ 'ਚ ਰਹਿ ਗਿਆ ਵੀ ਕਰੋਨਾ ਕਰਕੇ ਕੋਈ ਜਥੇ ਜੁਥੇ ਦੇ ਜਾਣ ਵਾਲੇ ਆ ਮੈਨੂੰ ਗੱਡੀਆਂ ਰੋਕ ਕੇ ਰਸਤਾ ਪੁੱਛਿਆ ਕਹਿੰਦੇ ਵੀਰੇ ਸਾਨੂੰ ਰਾਹ ਦੱਸੀ ਵੀ ਰਸਤਾ ਭੁੱਲ ਗਈਆਂ ਅਤੇ ਆਪਾਂ ਵੈਸੇ ਮੋਸਟਲੀ ਦੱਸ ਹੀ ਦਿੰਦੇ ਰਸਤਾ ਕਿਸੇ ਨੂੰ ਵੀ ਮੈਂ ਕੋਲੇ ਗਿਆ ਮੈਂ ਕਿਹਾ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਸਮਾਧੀ ਰੋਡ ਕਿੱਥੇ ਆ ਮੈਂ ਕਿਹਾ ਵੀਰੇ ਸਮਾਧੀ ਰੋਡ ਤਾਂ ਹੈ ਨਹੀਂ ਮਸੀਤਾਂ ਰੋਡ ਅੱਗੇ ਆ ਇੰਨਾ ਕਹਿ ਕੇ ਬਾਰਿਸ਼ ਹੋ ਰਹੀ ਮੈਂ ਟਰਨ ਲੈ ਕੇ ਘਰ ਵਾਪਸ ਆਉਣ ਅੰਦਰ ਵੜਨ ਲੱਗਾ ਉਤਰਦਿਆਂ ਸਾਰ ਉਹਨਾਂ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ ਅਤੇ ਮੈਨੂੰ ਘੇਰਾ ਪਾਲਿਆ 14-15 ਜਣੇ ਸੀ ਰਾੜਾਂ ਮਾਰਨ ਲੱਗ ਪਏ ਅਤੇ ਮੈਂ ਉਹਨਾਂ ਕਾਫੀ ਆਪਦਾ ਬਚਾਅ ਕਰਦਾ ਰਿਹਾ ਹੱਥ ਉੱਥ ਮਾਰਦਾ ਰਿਹਾ ਬਾਂਹ ਸੀ ਮੇਰੀ ਸਿਰ 'ਚ ਰਾੜਾਂ ਮਾਰਦੇ ਰਹੇ ਫਿਰ ਮੈਂ ਹੱਥ ਕਰਦਾ ਰਿਹਾ ਹੱਥ 'ਤੇ ਕਾਫੀ ਮੇਰੇ ਆਹ ਵੀ ਫ੍ਰੈਕਚਰ ਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੈਂ ਇਹ ਵੀ ਪੁੱਛਦਾ ਰਿਹਾ ਮੈਂ ਕਿਹਾ ਵੀ ਤੁਹਾਨੂੰ ਕੋਈ ਭੁਲੇਖਾ ਤਾਂ ਨਹੀਂ ਪੈ ਗਿਆ ਮੇਰਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਰੌਲਾ ਨਹੀਂ ਉਹਨਾਂ 'ਚੋਂ ਇੱਕ ਬੋਲਿਆ ਇਹੀ ਆ ਇਹ ਫੜ ਲਓ ਅੱਜ ਨਹੀਂ ਜਾਣ ਦੇਣਾ ਅਤੇ ਮੈਂ ਇਹਨਾਂ ਨੂੰ ਕਹਿੰਦਾ ਕਾਫੀ ਕਹਿੰਦਾ ਰਿਹਾ ਵੀ ਯਾਰ ਮੇਰਾ ਕਿਸੇ ਨਾਲ ਰੌਲਾ ਨਹੀਂ ਪਰ ਉਹਨਾਂ ਕਿਸੇ ਨੇ ਨਹੀਂ ਸੁਣੀ ਮੇਰੇ ਰਾੜਾ ਮਾਰਦੇ ਰਹੇ ਇੱਕ ਉਹ ਸਰੀਏ ਸੀਗੇ ਉਹਨਾਂ ਕੋਲ ਗੋਲ ਜਿਨ੍ਹਾਂ ਨਾਲ ਸਰੀਏ ਵਾਲੀਆਂ ਡਾਈਆਂ ਸੀ ਪਾਈਪ ਸੀਗੇ ਅਤੇ ਇੱਕ ਫਾਇਰ ਮੇਰੇ ਪਹਿਲਾਂ ਮਾਰੇ ਲੱਤ 'ਚ ਜਦੋਂ ਮੇਰੀ ਲੱਤ ਟੁੱਟ ਗਈ ਮੈਂ ਡਿੱਗ ਪਿਆ ਫਿਰ ਉੱਪਰੋਂ ਰਾੜਾ ਰੂੜਾ ਮਾਰਦੇ ਰਹੇ ਇੱਕ ਬੰਦੇ ਨੇ ਮੈਨੂੰ ਫੇਸਬੁੱਕ 'ਤੇ ਧਮਕੀ ਦਿੱਤੀ ਸੀ ਜਿਹਨੇ ਪੋਸਟ ਪਾਈ ਆ ਵੀ ਅਸੀਂ ਕੀਤਾ ਕੰਮ ਉਹ ਬੰਦਾ ਉਹਨਾਂ ਨੇ ਬਾਹਰ ਦਾ ਨੰਬਰ ਲੈ ਕੇ ਆਈਡੀ ਬਣਾ ਕੇ ਪਾਈ ਪਰ ਉਹ ਬੰਦਾ ਟਰੇਸ ਹੋ ਗਿਆ ਪੁਲਿਸ ਨੂੰ ਪਤਾ ਲੱਗ ਗਿਆ ਹੁਣ ਪੁਲਿਸ ਅੱਗੇ ਉਹ ਅਰੈਸਟ ਨੂੰ ਰੱਬ ਜਾਣੇ ਕੀ ਮਜਬੂਰੀ ਆ ਕੋਈ ਪ੍ਰੀਟੀਕਲ ਦਬਾਅ ਕਿੱਥੋਂ ਦਾ ਬੰਦਾ ਜੀ ਵੀ ਇਹਨਾਂ ਨੂੰ ਪਤਾ ਜੀ ਪੁਲਿਸ ਨੂੰ ਸਾਨੂੰ ਨਹੀਂ ਹਜੇ ਦੱਸਿਆ ਉਹਨੂੰ ਕਿਉਂ ਨਹੀਂ ਅਰੈਸਟ ਕੀਤਾ ਉਹਨਾਂ ਨੇ ਰੱਬ ਜਾਣੇ ਜੀ ਕੀ ਗੱਲ ਇੰਨੇ ਸਖਤ ਅਫਸਰ ਦੇ ਇੰਨੇ ਇਮਾਨਦਾਰ ਅਫਸਰ ਹੋਣ ਦੇ ਬਾਵਜੂਦ ਉਹ ਬੰਦਾ ਕਿਉਂ ਨਹੀਂ ਅਰੈਸਟ ਹੋ ਰਿਹਾ ਕਿਉਂਕਿ SSP ਸਾਹਿਬ ਦਾ ਪਤਾਲ 'ਚ ਵੀ ਬੰਦਾ ਲੱਭ ਲਿਆਉਂਦੇ ਆ ਜਿੰਨਾ ਕੁ ਅਸੀਂ ਉਹਨਾਂ ਬਾਰੇ ਸੁਣਿਆ ਵੀ ਬਹੁਤ ਜ਼ਿਆਦਾ ਸਖਤ ਅਫਸਰ ਨੇ ਅਤੇ ਕਿੱਕਰ ਸਿੰਘ ਦਾ ਉਹਨਾਂ ਦੀ ਤਾਂ ਮਿਸਾਲ ਦਿੰਦੇ ਜੀ ਸਾਰੇ ਜਿਹਨੇ ਜਿਹੜੇ ਕੇਸ ਨੂੰ ਉਹਨਾਂ ਹੱਥ ਪਾਇਆ ਅੱਜ ਤੱਕ ਜਾਣ ਨਹੀਂ ਦਿੱਤਾ ਫਿਰ ਵੀ ਅਸੀਂ ਇਹੀ ਕਹਿ ਰਹੇ ਵੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਵੀ ਫਿਰ ਵੀ ਉਹ ਬੰਦਾ ਕਿਉਂ ਨਹੀਂ ਅਰੈਸਟ ਇਹਨਾਂ 'ਤੇ ਕੋਈ ਕ੍ਰਿਟੀਕਲ ਦਬਾਅ ਆਏ ਜਾਂ ਕੋਈ MLA ਦਬਾਅ ਪਾ ਰਿਹਾ ਵੀ ਕੀ ਚੱਕਰ ਆ ਸਾਨੂੰ ਇਨਸਾਫ ਚਾਹੀਦਾ ਅੱਜ ਟੋਟਲ ਕਿੰਨੇ ਦਿਨ ਹੋ ਗਏ ਇਸ ਗੱਲ ਅੱਜ ਘੱਟ ਤੋਂ ਘੱਟ ਜੀ 1.5 ਮਹੀਨੇ ਦੇ ਨੇੜੇ ਹੋ ਚੱਲਿਆ ਜੀ 1 ਮਹੀਨਾ 10 ਦਿਨ ਹੋ ਚੱਲੇ ਕੋਈ ਹਲੇ ਕਾਰਵਾਈ ਪੂਰੀ ਨਹੀਂ ਹਜੇ ਤੱਕ ਕੋਈ ਸਾਨੂੰ ਕੋਈ ਸੂਹ ਨਹੀਂ ਕੋਈ ਸੁਰਾਗ ਨਹੀਂ ਦਿੱਤਾ ਬਸ ਇਹ ਗੱਲ ਕਹਿ ਜਦੋਂ ਵੀ ਜਾ ਰਹੇ 1 ਮਹੀਨੇ ਤੋਂ ਲਗਾਤਾਰ ਇਹੀ ਗੱਲ ਵੀ 2-3 ਦਿਨਾਂ ਤੱਕ ਬੰਦੇ ਆ ਜਾਣਗੇ ਇੰਨੇ ਸਖਤ ਅਫਸਰ ਹੋਣ ਦੇ ਬਾਵਜੂਦ ਬੰਦੇ ਕਿਉਂ ਨਹੀਂ ਅਰੈਸਟ ਹੋ ਰਹੇ ਸਾਨੂੰ ਇਹੀ ਸਾਡੇ ਤੁਹਾਨੂੰ ਕਿਸੇ ਦੇ ਸ਼ੱਕ ਹੋਵੇ ਕਿਸੇ ਦੇ ਨਹੀਂ ਸਾਰਿਆਂ ਦੇ ਮੂੰਹ ਬੰਨੇ ਸੀ ਅਸੀਂ ਹੁਣ ਨਜਾਇਜ਼ ਕਿਸੇ ਦਾ ਨਾਮ ਨਹੀਂ ਲੈ ਸਕਦੇ ਪਰ ਪੁਲਿਸ ਨੇ ਸਾਰੀ ਕਾਰਵਾਈ ਕਰ ਲਈ ਆ ਜਦੋਂ ਅਸੀਂ ਜਾਂਦੇ ਇਹੀ ਗੱਲ ਕਹੀ ਜਾਂਦੀ ਆ ਵੀ ਸਾਨੂੰ ਪਤਾ ਅਸੀਂ ਤੈਂ ਤੱਕ ਪਹੁੰਚ ਗਏ ਹਾਂ 2-3 ਦਿਨ ਤੱਕ ਤੁਹਾਨੂੰ ਬੰਦੇ ਦੇ ਦਾਂ ਤੁਹਾਡਾ ਨਾਮ ਅੰਕਲ ਜੀ ਨਾਮ ਮੇਰਾ ਹਰਪ੍ਰਤਾਪ ਸਿੰਘ ਜੀ ਅੰਕਲ ਜਿਹੜੀ ਆਪਣੇ ਤੁਹਾਡੇ ਬੱਚੇ ਨਾਲ ਬੇਟੇ ਨਾਲ ਘਟਨਾ ਵਾਪਰੀ ਉਹਦੇ ਬਾਰੇ ਸਾਨੂੰ ਸਰ ਜਾਣਕਾਰੀ ਚਾਹੀਦੀ ਹੈ ਸਾਨੂੰ ਜੀ ਮੈਂ ਤਾਂ ਬਾਹਰ ਸੀਗਾ ਜੀ ਗੱਡੀ 'ਤੇ ਸੀਗਾ ਅਤੇ ਬੇਟਾ ਮੇਰਾ ਘਰ ਸੀਗਾ ਰਾਤ ਦਾ ਟਾਈਮ ਸੀ 8:30 ਦਾ 8:30 ਦਾ ਟਾਈਮ ਸੀਗਾ ਜੋ ਵੀ ਵਾਪਰੀ ਹੈ ਹੁਣ ਕਿੰਨੀ ਤਰੀਕ ਦੀ ਗੱਲ ਹੈ ਜੀ ਹਾਂਜੀ ਇਹ 3 ਤਰੀਕ ਦੀ ਗੱਲ ਹੈ ਜੀ 3 ਕਿਹੜੇ ਮਹੀਨੇ ਦੀ 3 9ਵੇਂ ਮਹੀਨੇ ਦੀ ਠੀਕ ਹੈ ਅੱਜ 40 ਦਿਨ ਹੋ ਗਏ ਨੇ 40 ਦਿਨ ਹੋ ਗਏ ਇਸ ਗੱਲ ਨੂੰ ਕੋਈ ਤੁਹਾਨੂੰ ਕਰੋਨਲ ਸਹਾਇਤਾ ਜਾਂ ਪ੍ਰਸ਼ਾਸਨ ਕੋਈ ਸਹਾਇਤਾ ਇਸ ਟਾਈਮ ਕੋਈ ਮਿਲੀ ਸਾਨੂੰ ਜੀ ਹਲੇ ਕੋਈ ਨਹੀਂ ਸਾਨੂੰ ਸਹਾਇਤਾ ਜੇ ਮਿਲਦੀ ਤਾਂ ਜੇ ਬੰਦੇ ਚੱਕ ਲੈਂਦੇ ਫੜ ਲੈਂਦੇ ਸਾਨੂੰ ਮਨ ਨੂੰ ਸ਼ਾਂਤੀ ਹੋ ਜਾਂਦੀ ਮੇਰਾ ਦੂਜਾ ਬੇਟਾ ਵੀ ਅਸੀਂ ਤਾਂ ਨਿਕਲਣਾ ਬਾਹਰ ਹੋਇਆ ਸਾਡਾ ਦੁੱਬਰ ਹੋਇਆ ਪਿਆ ਕਿਉਂ ਨਹੀਂ ਇਹ ਕੰਮ ਕਿਉਂ ਢਿੱਲੀ ਕਾਰਵਾਈ ਹੋ ਰਹੀ ਹੈ ਇਹ ਵੇਖੋ ਜੀ ਹੁਣ ਇਹਨਾਂ ਨੂੰ ਪਤਾ ਜਾਂ
ਕੋਈ ਅਸੀਂ ਕਹਿ ਨਹੀਂ ਸਕਦੇ ਵੀ ਕੋਈ ਦਬਾਅ ਪੈ ਰਿਹਾ ਇਹਨਾਂ 'ਤੇ ਕਿਸ ਕਿਸਮ ਦਾ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਤੁਸੀਂ? ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਛੇਤੀ ਤੋਂ ਛੇਤੀ ਕਿ ਸਾਡਾ ਜਿਹੜਾ ਬਾਹਰ ਨਿਕਲਣਾ ਵੀ ਸਾਡਾ ਦੁਬਰ ਹੋਇਆ ਪਿਆ ਅਸੀਂ ਬਾਹਰ ਕੇ ਕੰਮ ਨਹੀਂ ਜਾ ਰਹੇ। ਮੇਰਾ ਨਾਮ ਵਰਿੰਦਰ ਸਿੰਘ ਜੀ। ਵਰਿੰਦਰ ਸਿੰਘ ਜੀ, ਜਿਹੜੇ ਤੁਹਾਡੇ ਬ੍ਰਦਰ ਨਾਲ ਘਟਨਾ ਵਾਪਰੀ ਕੁਛ ਜਾਣਕਾਰੀ ਚਾਹੀਦੀ ਸੀ? ਜਦੋਂ ਮੇਰੇ ਬ੍ਰਦਰ ਦੇ ਬਾਹਰ ਅਚਾਨਕ ਆਣ ਕੇ ਕੋਈ ਇੱਕ ਗੱਡੀ ਸੀ ਭਰੀ, ਉਹਦੇ ਵਿੱਚ 14-15 ਜਣੇ ਸੀ, ਦੋ ਗੱਡੀਆਂ, ਇੱਕ ਸਵਿਫਟ ਆ ਇੱਕ ਸਕੋਰਪੀਓ ਆ। ਜਦੋਂ ਇਹਦੇ ਵਿੱਚੋਂ ਆਣ ਕੇ ਇਹਦੇ ਤੋਂ ਕਿਸੇ ਅਣਪਛਾਤੇ ਬੰਦਿਆਂ ਨੇ ਮੂੰਹ ਬੰਨੇ ਸੀ, ਉਹਨਾਂ ਨੇ ਰਾਹ ਪੁੱਛਿਆ। ਜਦੋਂ ਇਹਨੇ ਕਿਹਾ ਵੀ ਮੈਨੂੰ ਇਹ ਰਾਹ ਦਾ ਨਹੀਂ ਪਤਾ, ਤਾਂ ਵਾਪਸ ਮੁੜਨ ਲੱਗਾ ਇਹਦੇ 'ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਮੈਂ ਅੰਦਰ ਬਾਥਰੂਮ 'ਚ ਨਹਾਉਂਦਾ ਪਿਆ ਸੀਗਾ, ਜਦੋਂ 1-2 ਮਿੰਟ ਲਾਏ, ਜਦੋਂ ਮੇਰੇ ਮੰਮਾ ਅਤੇ ਮੇਰੇ ਭਾਬੀ ਦੇ ਬੱਚਾ ਬਾਹਰ ਨਿਕਲੇ, ਰੋਂਦੇ ਰੋਂਦੇ ਨਿਕਲੇ, ਉਹਨਾਂ ਨੇ ਇਹਨਾਂ 'ਤੇ ਵੀ ਫਾਇਰਿੰਗ ਕੀਤੀ। ਸਾਡਾ ਗੇਟ ਬੰਦ ਕਰਕੇ ਅੰਦਰ ਨੂੰ ਗੋਲੀਆਂ ਚਲਾਉਂਦੇ ਸੀਗੇ। ਜਦੋਂ ਉਹਨੂੰ ਮੈਂ ਅਤੇ ਮੰਮਾ ਫਿਰ ਭੱਜ ਕੇ ਬਾਹਰ ਨਿਕਲੇ, ਇੱਕੋ ਵਾਰੀ ਅਸੀਂ ਰੌਲਾ ਪਾਇਆ ਛੱਡ ਕੇ ਭੱਜ ਗਏ। ਜਿਹੜੇ ਭੱਜਦਿਆਂ ਭੱਜਦਿਆਂ ਮੈਂ ਗੱਡੀ ਦਾ ਨੰਬਰ ਵੀ ਨੋਟ ਕੀਤਾ ਸੀਗਾ, ਜਿਹਦੇ ਵਿੱਚੋਂ ਇੱਕ ਸਪੈਲਿੰਗ ਜਿਹੜਾ ਮਿਸਟੇਕ ਸੀਗਾ ਉਹ ਪੁਲਿਸ ਲੱਭ ਸਕਦੀ ਆ। 25 ਕੈਪੀਟਲ ਆ ਜਿਹੜੇ ABC ਦੇ ਆ, ਉਹ ਲਾ ਕੇ ਵੀ ਗੱਡੀ ਦਾ ਨੰਬਰ ਟਰੇਸ ਕਰ ਸਕਦੀ ਹੈ। ਜੇ ਉਹ ਨੰਬਰ ਫੇਕ ਆ ਤਾਂ ਉਹ ਗੱਡੀ ਵੀ ਟਰੇਸ ਹੋ ਸਕਦੀ ਹੈ। ਕਿਉਂ ਢਿੱਡੀ ਕਾਰਜਕਾਰੀ ਹੋ ਰਹੀ, ਕੀ ਕਾਰਨ ਇਹਦੇ ਵਿੱਚ? ਪਤਾ ਨਹੀਂ ਜੀ ਕੀ ਕਿਉਂ ਕਰ ਰਹੇ ਆ। ਬਾਕੀ ਜਿਹੜੇ ਜਿਹੜੇ ਅਫਸਰਾਂ ਕੋਲ ਕੇਸ ਆ ਸਾਡਾ, ਉਹ ਤਾਂ ਬਹੁਤ ਸਖਤ ਆ ਅਤੇ ਬਹੁਤ ਇਮਾਨਦਾਰ ਅਫਸਰ ਆ, ਬਟ ਫਿਰ ਵੀ ਪਤਾ ਨਹੀਂ ਫਿਰ ਕਿਉਂ ਨਹੀਂ ਹੋ ਰਿਹਾ ਕੰਮ ਜੇ ਸਖਤ। ਹੋ ਸਕਦਾ ਕੋਈ ਪੋਲੀਟੀਕਲ ਦਬਾਅ ਹੋਵੇ ਜਾਂ ਕੁਛ ਵੀ ਹੈ, ਕੀ ਕਾਰਨ ਆ ਇਹਦੇ ਵਿੱਚ ਸਾਨੂੰ ਇਸ ਗੱਲ। ਤੁਸੀਂ ਕਿਸੇ ਪੋਲੀਟੀਕਲ ਨਾਲ ਜੁੜੇ ਹੋ? ਅਸੀਂ ਕਿਸੇ ਨਾਲ ਨਹੀਂ, ਸਾਡਾ ਕੋਈ ਪਾਰਟੀ ਬਾਜੀ ਨਾਲ ਕਿਸੇ ਨਾਲ ਸ਼ੁਰੂ ਤੋਂ ਹੀ ਕੋਈ ਧੰਨਵਾਦ ਨਹੀਂ ਹੈਗਾ ਗਾ। ਇਸ ਮੌਕੇ ਜਦੋਂ ਥਾਣਾ ਮੁਖੀ ਕੋਟ ਈਸੇ ਖਾਂ ਸਰਦਾਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਇਸ ਕੇਸ ਨੂੰ ਹੱਲ ਕਰਨ ਵਿੱਚ ਜੁਟੇ ਹੋਏ ਹਾਂ ਅਤੇ ਜਲਦੀ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ। ਸਰ, ਜਿਹੜਾ ਜਿਮ ਮਾਲਕ ਦੇ ਬੰਦਿਆਂ ਨੇ ਸੱਟਾਂ ਫੇਟਾਂ ਮਾਰੀਆਂ, ਸਰ ਉਹਦੇ ਬਾਰੇ ਸਰ ਕੀ ਜਾਣਕਾਰੀ? ਉਹਦੇ ਸੰਬੰਧ 'ਚ ਇਹ ਹੈ ਜੀ, ਅਸੀਂ ਜਿਹੜਾ ਮੌਕੇ ਦੇ ਉੱਤੋਂ ਸਾਨੂੰ ਜੋ ਵੀ ਉੱਥੋਂ ਐਵੀਡੈਂਸ ਮਿਲੀ ਸੀ ਉਹ ਅਸੀਂ ਇਕੱਤਰ ਕੀਤੀ ਸੀ। ਇਕੱਤਰ ਕਰਕੇ ਜਿਹੜੇ ਰੌਂਦ ਵਗੈਰਾ ਸੀਗੇ ਜਾਂ ਖੋਲ ਕਾਰਤੂਸ ਸੀਗੇ ਉਹ ਅਸੀਂ ਲੈਬ ਨੂੰ ਭੇਜੇ ਹੈ, ਉਹਨਾਂ ਦੀ ਰਿਪੋਰਟ ਜਿਹੜੀ ਹੈ ਮਸੂਲ ਹੋਣੀ ਬਾਕੀ ਹੈ। ਇਸ ਤੋਂ ਇਲਾਵਾ CCTV ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਅਤੇ CDR ਡੰਪ ਜੋ ਵੀ ਵਿਗਿਆਨਿਕ ਢੰਗ ਨਾਲ ਹੁੰਦੀ ਹੈ ਉਹਦੀ ਆਧੁਨਿਕ ਢੰਗ ਨਾਲ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ। ਪੁਲਿਸ ਜਿਹੜੀ ਹੈ ਉਹ ਜਿਹੜੇ ਉਹਨਾਂ ਦੇ ਸੱਟਾਂ ਮਾਰਨ ਵਾਲੇ ਹੈ ਉਹਨਾਂ ਦੇ ਬਹੁਤ ਨੇੜੇ ਹੈ, ਅਤੇ ਥੋੜ੍ਹੀ ਜਿਹੀ ਇਹਦੇ ਵਿੱਚ ਜਿਹੜੀ ਦੇਰੀ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਪੀੜਿਤ ਪਰਿਵਾਰ ਹੈ ਉਹਨਾਂ ਨੇ ਸਾਨੂੰ ਹੁਣ ਤੱਕ ਕੋਈ ਕਿਸੇ ਦਾ ਨਾਂ ਡਿਸਕਲੋਜ ਨਹੀਂ ਕੀਤਾ, ਦੱਸਿਆ ਨਹੀਂ ਸਾਨੂੰ ਵੀ ਇਹਦੇ ਵਿੱਚ ਕੌਣ ਹੈ। ਪਰ ਇਸ ਦੇ ਬਾਵਜੂਦ ਵੀ ਪੁਲਿਸ ਜਿਹੜੀ ਹੈਗੀ ਹੈ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਤੇ ਜਿਹਦੇ ਵਿੱਚ CIA ਸਟਾਫ, ਧਰਮਕੋਟ ਸ਼੍ਰੀ ਕਿੱਕਰ ਸਿੰਘ ਇੰਸਪੈਕਟਰ ਸਾਹਿਬ ਅਤੇ ਹੋਰ ਸਾਰੀ ਟੀਮ ਜਿਹੜੀ ਹੈਗੀ ਹੈ SPD ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਤੇ DSP ਧਰਮਕੋਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਹੈ ਲਗਾਤਾਰ ਇਸ ਕੇਸ ਦੀ ਪ੍ਰਗਤੀ ਵੱਲ ਅੱਗੇ ਵੱਧ ਰਹੀ ਹੈ ਅਤੇ ਜੋ ਸਾਨੂੰ ਉਮੀਦ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਅਸੀਂ ਹੱਲ ਕਰ ਲਵਾਂਗੇ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।